ਪਿੰਡ ਚੱਕਲਾਂ ਵਿੱਚ ਪਰਮਜੀਤ ਸਿੰਘ ਦੇ ਘਰ ਦਾਖਲ ਹੋ ਕੇ 12 ਬੋਰ ਦੀ ਲਾਇਸੈਂਸੀ ਰਫਲ ਚੁੱਕ ਕੇ ਲਿਜਾਣ ਵਾਲੇ ਦੋਵੇਂ ਲੁਟੇਰੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ। ਦੋਵੇਂ ਮੁਲਾਜ਼ਮ ਇੱਕ ਵੱਡੀ ਵਾਰਦਾਤ ਕਰਨ ਵਾਲੇ ਸਨ। ਪ੍ਰੈਸ ਕਾਨਫਰੰਸ ਵਿੱਚ ਪਰਮਿੰਦਰ ਸਿੰਘ ਭੰਡਾਲ ਪੁਲਿਸ ਕਪਤਾਨ ਜਲੰਧਰ ਨੇ ਗ੍ਰਿਫਤਾਰ ਮੁਲਜ਼ਮਾਂ ਬਾਰੇ ਦੱਸਿਆ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ। 8 ਸਤੰਬਰ ਦੀ ਰਾਤ ਨੂੰ ਦੋਵੇਂ ਮੁਲਜ਼ਮ ਸ਼ਸ਼ਾਂਕ ਅਤੇ ਰਾਜਗੀਰ ਪਿੰਡ ਚੱਕਕਲਾਂ 'ਚ ਪਰਮਜੀਤ ਸਿੰਘ ਦੇ ਘਰ ਲੁੱਟਣ ਦੀ ਨੀਅਤ ਨਾਲ ਦਾਖਲ ਹੋਏ ਸਨ ਅਤੇ ਮੁਲਜ਼ਮ ਰਾਜਗੀਰ ਕਾਫੀ ਲੰਬੇ ਸਮੇਂ ਤੋਂ ਬਿਹਾਰ ਤੋਂ ਆ ਕੇ ਇੱਥੇ ਕੰਮ ਕਰਦਾ ਹੈ ਤੇ ਉਹ ਜਾਣਦੇ ਸਨ ਕਿ ਪਰਮਜੀਤ ਕੋਲ ਪੈਸਾ ਅਤੇ ਹਥਿਆਰ ਹਨ। ਉਹਨਾਂ ਨੇ ਸੁਸ਼ਾਂਕ ਨਾਲ ਮਿਲ ਕੇ ਯੋਜਨਾ ਬਣਾਈ ਕਿ ਉਸ ਦੇ ਘਰ ਨਕਦੀ ਅਤੇ ਰਫਲ ਲੁੱਟ ਸਕਦੇ ਹਨ। ਯੋਜਨਾ ਮੁਤਾਬਕ ਦੋਵੇਂ ਮੁਲਜ਼ਮ ਪਰਮਜੀਤ ਸਿੰਘ ਦੇ ਘਰ ਵੜ ਗਏ ਅਤੇ ਕਮਰੇ ਵਿੱਚ ਅਲਮਾਰੀ ਵਿੱਚੋਂ ਲਾਇਸੈਂਸੀ ਰਫਲ ਚੁੱਕ ਲਈ ਤੇ ਉਸ ਰਫਲ ਦੇ ਬੱਟ ਨਾਲ ਪਰਮਜੀਤ ਦੇ ਕਮਰੇ ਦਾ ਸ਼ੀਸ਼ਾ ਤੋੜ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ। ਜਦੋਂ ਪਰਮਜੀਤ ਵੱਲੋਂ ਆਪਣੀ ਸੁਰੱਖਿਆ ਲਈ ਰਿਵਾਲਵਰ ਨਾਲ ਫਾਇਰ ਕੀਤਾ ਤਾਂ ਦੋਵੇਂ ਮੁਲਜ਼ਮ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਖਬਰ ਤੋਂ ਇਤਲਾਹ ਮਿਲੀ ਕਿ ਨਕੋਦਰ ਨੂਰ ਮਹਿਲ ਰੋਡ ਨੇੜੇ ਰੇਲਵੇ ਫਾਟਕ ਤੇ ਦੋ ਵਿਅਕਤੀ ਵਾਰਦਾਤ ਕਰਨ ਦੀ ਤਾੜ ਵਿੱਚ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸ਼ਸ਼ਾਂਕ ਅਤੇ ਰਾਜਗੀਰ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਪਾਸੋਂ ਇੱਕ ਚੋਰੀ ਕੀਤਾ ਮੋਟਰਸਾਈਕਲ, ਰਾਈਫਲ 12 ਬੋਰ ਤੇ ਤਲਾਸ਼ੀ ਲੈਣ ਉਪਰੰਤ ਸ਼ਸ਼ਾਂਕ ਕੋਲੋਂ 120 ਗ੍ਰਾਮ ਅਤੇ ਰਾਜਗੀਰ ਪਾਸੋਂ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਕੱਲ 18 ਤਰੀਕ ਨੂੰ ਮੋਰਨਿੰਗ ਟਾਈਮ ਤੜਕੇ ਕੋਈ 3:50 ਦੇ ਲਾਗੇ ਪਿੰਡ ਚੱਕਲਾਂ ਦੇ ਵਿੱਚ ਜਿਹੜਾ ਪਰਮਜੀਤ ਸਿੰਘ ਕੋਈ ਕਰੀਬ 59 ਸਾਲ ਦੀ ਏਜ ਦਾ ਬੰਦਾ ਜਿਹੜਾ ਖੇਤੀਬਾੜੀ ਕਰਦਾ, ਉਹਦੇ ਘਰੇ ਜਿਹੜੇ ਆ ਦੋ ਬੰਦੇ ਗਏ ਔਰ ਇਹਨਾਂ ਨੇ ਘਰ ਦਾ ਦਰਵਾਜ਼ਾ ਜਿਹੜਾ ਆ ਖੋਲ੍ਹ ਕੇ ਅੰਦਰਲੇ ਬੰਦਿਆਂ ਦੀ ਜੋਰ ਨਾਲ ਉਹਦੀ ਕੁੰਡੀ ਤੋੜ ਕੇ ਅੰਦਰ ਗਏ ਔਰ ਇਹਦੇ ਵਿੱਚ ਇੱਕ ਬੰਦਾ ਜਿਹੜਾ ਸ਼ਸ਼ਾਂਕ ਫਲੋਰ ਦਾ ਰਹਿਣ ਵਾਲਾ ਕ੍ਰਿਮੀਨਲ ਟਾਈਪ ਆਦਮੀ ਆ, ਉੱਤੇ ਪਹਿਲਾਂ ਵੀ ਪਰਚੇ 307 ਔਰ ਚੋਰੀ ਦੇ ਦਰਜ ਆ। ਔਰ ਸੈਕਿੰਡ ਜਿਹੜਾ ਇਹਦੇ ਨਾਲ ਦਾ ਬੰਦਾ ਸੀ ਉਹ ਇਸੇ ਪਿੰਡ ਚੱਕਲਾਂ ਦੇ ਵਿੱਚ ਜਿਹੜਾ ਆ ਉਹ ਰਾਜਗੀਰ ਨਾਂ ਦਾ ਲੜਕਾ ਜਿਹੜਾ ਆ ਕੋਈ ਕਰੀਬ ਉਮਰ 21-22 ਸਾਲ ਉਹ ਕੰਮ ਕਰਦਾ ਉੱਥੇ। ਅਤੇ ਇਹਨਾਂ ਨੇ ਜਿਹੜਾ ਸਾਰਾ ਆਪਣਾ ਪੂਰਾ ਪਲੈਨ ਬਣਾਇਆ, ਪਲੈਨ ਦੇ ਵਿੱਚ ਇਹਨਾਂ ਨੇ ਇਹ ਦੇਖਿਆ ਵੀ ਇਹ ਜਿਹੜਾ ਬੰਦਾ ਪਰਮਜੀਤ ਆ ਇਹਦੇ ਘਰੇ ਕੋਈ ਜ਼ਿਆਦਾ ਹੋਰ ਲੋਕ ਨਹੀਂ ਰਹਿੰਦੇ, ਇਹਦੀ ਵਾਈਫ ਔਰ ਇਹ ਦੋਨੇ ਹੁੰਦੇ ਆ। ਔਰ ਇਹਨਾਂ ਨੇ ਇਹਦੇ ਘਰੇ ਜਾ ਕੇ ਸਵੇਰ ਨੂੰ ਪਹਿਲਾਂ ਸਭ ਤੋਂ ਪਹਿਲਾਂ ਨਾਲ ਦੇ ਕਮਰੇ ਜਿੱਥੇ ਪਰਮਜੀਤ ਸੁੱਤਾ ਸੀ ਉਹਦੇ ਨਾਲ ਦੇ ਕਮਰੇ ਦੇ ਵਿੱਚ ਗਏ, ਉੱਥੇ ਜਾ ਕੇ ਅਲਮਾਰੀ 'ਚੋਂ ਰਾਈਫਲ ਕੱਢ ਲਈ। ਇਹਦੇ ਬਾਰੇ ਰਾਜਗੀਰ ਨੂੰ ਜ਼ਿਆਦਾ ਪਤਾ ਸੀ ਕਿ ਉਸ ਪਿੰਡ ਦੇ ਵਿੱਚ ਕੰਮ ਕਰਦਾ ਸੀ। ਉਸ ਤੋਂ ਬਾਅਦ ਇਹਨਾਂ ਨੂੰ ਪੈਸੇ ਹੋਰ ਫੁੱਲਾ ਫਰਾਈ ਕੀਤੀ ਪਰ ਪੈਸੇ ਨਾ ਮਿਲਣ ਕਰਕੇ ਇਹਨਾਂ ਨੇ ਜਿਹੜਾ ਜਿੱਥੇ ਪਰਮਜੀਤ ਸੁੱਤਾ ਉਹ ਸ਼ੀਸ਼ੇ ਦਾ ਵਿੱਚ ਦਰਵਾਜ਼ਾ ਸੀਗਾ ਕੌਮ ਉਹਨੂੰ ਇਸ ਰਾਈਫਲ ਦਾ ਬੱਟ ਮਾਰਿਆ ਔਰ ਉੱਥੇ ਉਹਦਾ ਤੋੜ ਕੇ ਉਹ ਤੋਂ ਪੈਸੇ ਦੀ ਮੰਗ ਕੀਤੀ। ਔਰ ਉੱਥੇ ਇਹਨਾਂ ਦੀ ਆਪਸ ਵਿੱਚ ਜਦੋਂ ਖੇਜੜਬਾਜ਼ੀ ਹੋਈ, ਫਾਇਰ ਵੀ ਹੋਏ, ਇਹਨਾਂ ਨੇ ਵੀ ਕੀਤਾ, ਉਹਨਾਂ ਨੇ ਕੀਤਾ, ਲੇਕਿਨ ਜਦੋਂ ਉਹਨੇ ਫਾਇਰ ਕੀਤਾ ਉਸ ਤੋਂ ਬਾਅਦ ਬੰਦੇ ਭੱਜ ਗਏ। ਔਰ ਇਹ ਜਦੋਂ ਭੱਜਣ ਤੋਂ ਬਾਅਦ ਅਸੀਂ ਮੌਕੇ ਦੇ ਉੱਤੇ ਗਏ ਹਾਂ, ਜਾ ਕੇ ਅਸੀਂ ਸਾਰੀ ਸਟੇਟਮੈਂਟ ਰਿਕਾਰਡ ਕਰਕੇ ਪਰਚਾ ਦਿੱਤਾ ਅਤੇ ਅੱਜ ਖਾਸ ਮੁਖਬਰ ਨੇ ਜਿਹੜਾ ਇਤਲਾਹ ਦਿੱਤੀ। ਕੱਲ੍ਹ ਦੀਆਂ ਸਾਡੀਆਂ ਟੀਮਾਂ ਲੱਗੀਆਂ ਜਿਹਦੇ ਵਿੱਚ SHO ਸਦਰ ਨਕੋਦਰ ਸਿਟੀ ਔਰ ਨੂਰਮਹਿਲ SHO ਸਾਰੀਆਂ ਟੀਮਾਂ ਬਣਾ ਕੇ ਕੰਮ ਕਰਦੇ। ਔਰ ਅੱਜ ਇਹਨਾਂ ਨੂੰ ਖਾਸ ਮੁਖਬਰ ਨੇ ਦੱਸਿਆ ਵੀ ਇਸ ਟਾਈਮ ਇਹ ਲਿੱਤਰਾ ਰੋਡ 'ਤੇ ਸ਼ੰਕਰ ਨੂੰ ਜਾਂਦਾ ਰੋਡ, ਉੱਥੇ ਬੰਦੇ ਮੋਟਰਸਾਈਕਲ 'ਤੇ ਘੁੰਮ ਰਿਹਾ ਬਗੈਰ ਨੰਬਰ ਤੋਂ ਮੋਟਰਸਾਈਕਲ, ਨਾਕੇ ਲਗਾ ਕੇ ਇਹਨਾਂ ਨੂੰ ਫੜਿਆ। ਇਹਨਾਂ ਕੋਲ ਮੋਟਰਸਾਈਕਲ ਮਿਲਿਆ, ਨਸ਼ੀਲਾ ਪਾਊਡਰ ਮਿਲਿਆ ਔਰ ਜਿਹੜੀ ਰਾਈਫਲ ਖੋਈ ਸੀ ਉਹ ਮਿਲ ਗਈ। ਹੁਣ ਇਹਨਾਂ ਨੂੰ ਅਸੀਂ ਅਦਾਲਤ ਵਿੱਚ ਪੇਸ਼ ਕਰਕੇ ਫਿਰ ਉਸ ਤੋਂ ਬਾਅਦ ਮਾਣ ਲੈ ਕੇ ਹੋਰ ਇਹਨਾਂ ਨੇ ਕੀ ਵਾਰਦਾਤਾਂ ਕੀਤੀਆਂ ਉਹ ਸਾਰਾ ਜਿਹਨਾਂ ਨੇ ਟਰੇਸ ਕਰਾਂਗੇ। ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਜਗ ਸੇਵਕ, ਵੈਬ ਟੀਵੀ।